ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸਿਰਸਾ ਵੱਲੋਂ ਇਹ ਸ਼ਿਕਾਇਤ ਫੇਸਬੁੱਕ ਪੇਜ 'ਤੇ ਪਾਈਆਂ ਕੁਝ ਪੋਸਟਾਂ ਨੂੰ ਲੈ ਕੇ ਦਿੱਤੀ ਗਈ ਹੈ, ਜਿਸ ਵਿੱਚ ਕਿ ਕਮਲਨਾਥ ਨਾਂ ਦੇ ਬਣੇ ਪੇਜ 'ਤੇ ਇੱਕ ਪੋਸਟ ਪਾਈ ਗਈ ਸੀ, ਜਿਸ ਵਿੱਚ ਲਿਖਿਆ ਸੀ ਕਿ 1,25,000 ਸੇ ਏਕ ਲੜਾਊਂ ਚਿੜੀਅਨ ਤੇ ਮੈਂ ਬਾਜ ਤੜਾਊਂ ਤਬੈ ਕਮਲਨਾਥ ਕਹਾਊਂ। ਇਹ ਬੜੀ ਇੱਕ ਉੱਚੀ ਹਰਕਤ ਹੈ ਕਮਲਨਾਥ ਵੱਲੋਂ, ਜਿਹੜਾ ਕਿ ਸਿੱਖਾਂ ਦਾ ਕਾਤਿਲ ਆ, 1984 'ਚ ਬੇਗੁਨਾਹ ਸਿੱਖਾਂ ਦਾ ਕਤਲੇਆਮ ਕਰਨ ਵਾਲਾ, ਆਪਣੇ ਨਾਲ ਇਹ ਲਿਖ ਕੇ ਲਗਾਵੇ ਕਿ 1,25,000 ਸੇਕ ਲੜਾਊਂ ਤੋ ਕਮਲਨਾਥ ਕਲਾਊਂ। ਐਸੀ ਹੋਚੀ, ਐਸੀ ਘਟੀਆ ਹਰਕਤ ਜਿਹੜੀ ਉਸਨੇ ਕੀਤੀ, ਅਸੀਂ ਜਿੱਥੇ ਦੀ ਨਿੰਦਾ ਵੀ ਕਰਦੇ ਹਾਂ ਔਰ ਇਹਦੇ ਵਾਸਤੇ ਅਸੀਂ ਕੰਪਲੇਂਟ ਦਰਜ ਕਰਾਈ ਆ। ਪੁਲਿਸ ਐਸੇ ਘਟੀਆ ਇਨਸਾਨ ਦੇ ਖਿਲਾਫ਼ ਕਾਰਵਾਈ ਕਰੇ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।